ਚੱਲ ਹੈ ਤੁਹਾਡੇ ਸਾਰੇ ਦਾ ਉਮੀਦ ਹੈ ਤੁਸੀਂ ਸਾਰੇ ਆਪਣੇ ਘਰ ਠੀਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਇੰਜੋਏ ਕਰਦੇ ਹੋਵੋਗੇ ਤੇ ਅੱਜ ਦੁਬਾਰਾ ਆਪਾਂ ਖੜੇ ਹਾਂ ਆਪਣੇ ਅਲੋਇ ਕਿੰਗ ਭਾਈ ਕੋਲ ਯਾਨੀ ਕਿ ਖਾਲਸਾ ਰਾਇਡ ਤੇ ਜੋ ਕਿ ਮੇਰੇ ਨਾਲ ਨੇ ਭਾਜੀ ਬਿਲਕੁਲ ਤੇ ਭਾਈ ਕੀ ਹਾਲ ਚਾਲ ਹੈ ਤੁਹਾਡਾ ਠੀਕ ਹੈ ਜੀ ਵਧੀਆ ਆਲ ਗੁੱਡ ਆਲ ਗੁੱਡ ਹਾਂਜੀ ਤੇ ਬਾਕੀ ਇੱਕ ਚੀਜ਼ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਦੱਸ ਦਵਾਂ ਭਾਜੀ ਵੱਲ ਅੱਜ ਵੀ ਵੈਰਾਈਟੀ ਜੋ ਕਿ ਆਪਾਂ ਵੇਖਣ ਯਾਨੀ ਕਿ ਜੋ ਗੱਡੀ ਦਾ ਤੁਸੀਂ ਖਾਣ ਮਿਲੇ ਹਨਾ ਮਤਲਬ ਮੋਸਟ ਇੰਪੋਰਟੈਂਟ ਹਨਾ ਗੱਡੀ ਅੱਜ ਦੇ ਟਾਈਮ 'ਚ ਚੱਲ ਰਹੀ ਹੈ ਸੇਲਸ ਦੀ ਗੱਲ ਕਰਾਂ ਗੱਡੀ ਨੇ ਇੱਕ ਸਾਲ ਦੀ ਵੇਟਿੰਗ ਪਾ ਰੱਖੀ ਜਿਸ ਦੀ ਤੁਹਾਨੂੰ ਆਪਾਂ ਨੂੰ ਥੰਬਨੇਲ ਤੋਂ ਤੇ ਨਾਲੇ ਟਾਈਟਲ ਤੋਂ ਪਤਾ ਲੱਗ ਗਿਆ ਹੋਏਗਾ ਹਾਰ 2020 ਐਡੀਸ਼ਨ ਹਨਾ ਬਿਲਕੁਲ ਲੇਕਿਨ ਹੈਗੀ 21 21 ਤੇ ਭਾਈ ਪਹਿਲੇ ਆਪਣਾ ਲੋਕੇਸ਼ਨ ਤੇ ਫੋਨ ਨੰਬਰ ਦੱਸ ਦਿਓ ਕਿਉਂਕਿ ਅੱਜ ਗੱਡੀ 22 ਇੰਚਸ ਅਲੋਏ ਵਿੱਚ ਫਿੱਟ ਹੋ ਰਹੀ ਹੈ ਤੇ ਭਾਈ ਦੱਸੋ अपना शोरूम का नाम है जी खालसा टायर्स नियर कमल पैलेस होटल इन फ्रंट ऑफ गुरुद्वारा साहब जलंधर तो साडा मोबाइल नंबर है जी 9814500046 9041464646 ਤੇ ਨੰਬਰ ਨੋਟ ਡਾਊਨ ਹੁਣੇ ਕਰ ਲਿਓ ਕਿਉਂਕਿ ਹੁਡਾਇਲ ਕਰਕੇ ਰੱਖ ਲਓ ਕਿ ਗੱਡੀ ਤੁਹਾਨੂੰ ਦਿਖਾਵਾਂਗਾ ਤੁਸੀਂ ਕਹੋਗੇ ਮਜ਼ੇਦਾਰ ਲੁੱਕ ਆ ਰਹੀ ਹੈ ਤੇ ਚੈਨਲ ਨੂੰ ਕਰ ਲਿਓ ਜ਼ਰੂਰ ਸਬਸਕ੍ਰਾਈਬ ਤੇ ਇੰਸਟਾਗ੍ਰਾਮ ਜਾ ਕੇ ਕਰ ਲਿਓ ਫੋਲੋ ਮੋਡੀਫਾਈਡ ਅੰਡਰਸਕੋਰ ਹਬ 2021 ਤੇ ਭਾਜੀ ਦੀ ਹੈ ਖਾਲਸਾ ਟਾਇਰ ਜਲੰਧਰ ਸਹੀ ਗੱਲ ਹੈ ਭਾਜੀ ਹਾਂਜੀ ਤੇ ਮੈਂ ਦੋਨਾਂ ਦੀ ਆਈਡੀ ਥੱਲੇ ਮੈਂਸ਼ਨ ਵੀ ਕਰ ਰਹਾਂਗਾ ਡਿਸਕ੍ਰਿਪਸ਼ਨ 'ਚ ਵੀ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਤੇ ਭਾਜੀ ਇਹ ਆਈਡੀ ਤੁਹਾਨੂੰ ਸਾਈਡ ਤੇ ਫਲੈਸ਼ ਹੁੰਦੀ ਵੀ ਦਿਖ ਰਹੀ ਕਿਉਂਕਿ ਗੱਡੀਆਂ ਇੱਕ ਤੋਂ ਵੱਧ ਕੇ ਇੱਕ ਭਾਈ ਉਹਨਾਂ ਫਿੱਟ ਕੀਤੀ ਹੈ ਤੇ ਬਾਕੀ ਚੱਲਦੇ ਆ ਅੱਜ ਦੀ ਵੈਰਾਈਟੀ ਦੇ ਉੱਤੇ ਤੇ ਆਪਾਂ ਕਿੰਨੇ ਇੰਚ ਫਿੱਟ ਕਰ ਰਹੇ ਹਾਂ ਭਾਜੀ ਆਪਾਂ 22 ਇੰਚ ਫਿੱਟ ਕਰ ਰਹੇ ਹਾਂ ਠੀਕ ਹੈ ਤੇ ਕਸਟਮਰ ਨੂੰ ਦਿਖਾ ਰਹੇ ਹਾਂ ਕਾਫੀ ਚੁਆਇਸ ਕਲੈਕਸ਼ਨ ਦਿਖਾ ਰਹੇ ਹਾਂ ਸਾਰੇ ਬਾਕੀ ਡਿਪੈਂਡਸ ਔਨ ਕਸਟਮਰ ਕਿ ਉਹ ਕੀ ਚੁਆਇਸ ਕਰਦੇ ਨੇ ਤੇ ਹਾਂ ਦੇਖ ਸਕਦੇ ਹੋ ਤੇ ਐਡ ਡਿਜ਼ਾਈਨ ਲੱਗੇ ਨੇ ਐਡ ਇਹ ਸਾਰੇ 22 ਇੰਚ ਦਾ ਭਾਜੀ A to Z ਹਾਂਜੀ ਇਹ ਸਾਰੇ 22 ਇੰਚ ਦੇ ਅੱਜ ਦੇ ਟਾਈਮ ਚ ਕ੍ਰੋਮ ਵੀ ਬਹੁਤ ਜ਼ਿਆਦਾ ਕ੍ਰੇਜ਼ੀਅਸਟ ਚੱਲ ਰਿਹਾ ਤੇ ਉਸ ਤੋਂ ਬਾਅਦ ਅਗਲਾ ਆ ਗਿਆ ਭਾਈ ਇਹ ਬਲੈਕ ਮਸ਼ੀਨ ਇਹ ਬਲੈਕ ਮਸ਼ੀਨ ਹੈ ਜੀ ਮਲਟੀ ਸਪੋਕਸ ਵਿੱਚ ਆ ਰਿਹਾ ਜੀ ਮਤਲਬ ਇਹਦੇ ਵਿੱਚ ਸਭ ਤੋਂ ਪਿਆਰੀ ਚੀਜ਼ ਜੋ ਮੈਨੂੰ ਅੱਛੀ ਲੱਗ ਰਹੀ ਹੈ ਹਿਡਨ ਨਟ ਹਾਂ ਹਿਡਨ ਹੈ ਜੀ ਪੂਰੇ ਇਹਦੇ ਦਾ ਕੈਪ ਸੈਂਟਰ ਵਾਲਾ ਵੱਡਾ ਹੈ ਇਹਦੇ ਵਿੱਚ ਕੀ ਹੈ ਨਟਸ ਆਪਾਂ ਨੂੰ ਪਤਾ ਨਹੀਂ ਲੱਗਦੇ ਠੀਕ ਹੈ ਤੇ ਐਂਡ ਵਧੀਆ ਲੱਗਦਾ ਥੋੜਾ ਲੁੱਕ ਵਧੀਆ ਹੈ ਕੈਟ ਲੁੱਕ ਆ ਬਿਲਕੁਲ ਕੈਟ ਤੇ ਉਸ ਤੋਂ ਬਾਅਦ ਨੈਕਸਟ ਆਪਾਂ ਚੱਲਦੇ ਹਾਂ ਤੁਸੀਂ ਵੇਖ ਸਕਦੇ ਹੋ ਭਾਈ ਇਹਨੂੰ ਕਿਹੜੀ ਫਿਨਿਸ਼ ਕਰਵਾਵਾਂਗੇ ਆਪਾਂ ਇਹ ਮੇਡ ਇਨ ਅਮਰੀਕਾ ਅਲੋਏ ਹੈ ਠੀਕ ਹੈ ਓਰੀਜਨਲ ਫੌਜੀ ਤੋਂ ਹੈ ਜੀ ਠੀਕ ਹੈ ਇਹ 3 ਪੀਸ ਅਲੋਏ ਹੈ ਜੀ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੱਛਾ 3 ਪੀਸ ਜੋੜੇ ਹੋਏ ਆ ਹਾਂਜੀ ਬਿਲਕੁਲ ਜੀ ਇਹ 3 ਪੀਸ ਲਾਇਆ ਹੁੰਦਾ ਜੀ ਇਹ ਕੰਪਨੀ ਵੱਲੋਂ ਹੀ ਇਦਾਂ ਹੁੰਦਾ ਜੀ ਇਹਦੇ ਵਿੱਚ ਨੋਜ਼ਲ ਤੱਕ ਇਨਬਿਲਟ ਹੁੰਦੀ ਹੈ ਆ ਤੁਸੀਂ ਦੇਖ ਸਕਦੇ ਹੋ ਇਹ ਕੰਪਨੀ ਵੱਲੋਂ ਫਿੱਟਡ ਹੈ ਜੀ ਅੱਛਾ ਨੋਜ਼ਲ ਵੀ ਹੁੰਦੇ ਆ ਹਾਂਜੀ ਇਹ ਕੰਪਨੀ ਵੱਲੋਂ ਇਨਬਿਲਟ ਹੈ ਜੀ ਇਹ 3 ਪੀਸ ਲਾਇਆ ਹੈ ਭਾਜੀ ਠੀਕ ਹੈ ਹਾਂਜੀ ਇਹ 3 ਹਿੱਸਿਆਂ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇਹਨੂੰ ਐਂਡ ਇਹ ਮੇਡ ਇਨ ਅਮਰੀਕਾ ਹੈ ਠੀਕ ਹੈ ਹਾਂਜੀ ਤੇ ਇਹਨੂੰ ਵੀ ਮਤਲਬ ਇਹਨੂੰ 3 ਪੀਸ ਕਹਿੰਦੇ ਨੇ ਕਲਰ ਨੂੰ ਕੀ ਬੋਲਾਂਗੇ ਵਾਈਟ ਬਲੈਕ ਇਹ ਵਾਈਟ ਬਲੈਕ ਹੈ ਜੀ ਠੀਕ ਹੈ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਇੱਕ ਐਲੋਏ ਵੀ ਦੇਖ ਰਹੇ ਹਾਂ ਇਹ ਬਲੈਕ ਹੈ ਜੀ ਆਲ ਬਲੈਕ ਹੈ ਜੀ ਜਿੱਦਾਂ ਲਾਈਕ ਕੋਈ ਕਸਟਮਰ ਕਹਿ ਦਿੰਦਾ ਵੀ ਆਲ ਬਲੈਕ ਦਾ ਸਕੀਨ ਹੁੰਦਾ ਠੀਕ ਹੈ ਮਿਰਰਸ ਬਲੈਕ ਅਲੋਏ ਬਲੈਕ ਕਾਰ ਬਲੈਕ ਮੌਨਸਟਰ ਲੁੱਕ ਕਹਿ ਸਕਦੇ ਮੌਨਸਟਰ ਲੁੱਕ ਜਿੱਦਾਂ ਆਪਾਂ ਕਹਿ ਰਹੇ ਕਾਲੇ ਰੂਟ ਨੇ ਹਨਾ ਕਾਲੀ ਗੱਡੀਆਂ ਇਹ ਹੀ ਸਾਹਮਣੇ ਹੈ ਹਨਾ ਗਾਰੇ ਦੇ ਉੱਤੇ ਆਪਾਂ ਲਾਈਨ ਮਾਰੀ ਹੈ ਤੇ ਮਾਈਂਡ ਨਾ ਖੇਡੋ ਇਹ ਚੀਜ਼ ਆਪਾਂ ਥੋੜਾ ਮਜ਼ਾਕ ਚ ਵੀਡੀਓ ਵੱਲ ਨੂੰ ਥੋੜਾ ਜਿਹਾ ਲੈ ਕੇ ਜਾਂਦੇ ਆ ਵਿੱਚ ਤੁਹਾਨੂੰ ਸਾਰਿਆਂ ਨੂੰ ਐਂਟਰਟੇਨ ਕਰੀਏ ਤੇ ਨਾਲੋ ਤੁਹਾਨੂੰ ਨੌਲੇਜ ਇਹੋ ਜੀ ਗੇਨ ਕਰਾਈਏ ਕੋਈ ਤੁਹਾਨੂੰ ਨਾ ਪਾਗਲ ਨਾ ਬਣਾ ਪਾਏ ਕਿ ਹਾਂ ਆਪਾਂ ਕਹਿ ਕੇ ਆਇਆ ਜੀ ਪਾ ਰਿਹਾ ਉਹ ਚੀਜ਼ ਬਿਲਕੁਲ ਨਹੀਂ ਇਸੇ ਕਰਕੇ ਆਪਾਂ ਤੁਹਾਨੂੰ ਨਾ ਭਾਈ ਦਾ ਫੋਨ ਨੰਬਰ ਤੇ ਐਡਰੈਸ ਇਸੇ ਕਰਕੇ ਵੈਰੀਫਾਈ ਸਭ ਤੋਂ ਪਹਿਲਾਂ ਕਰਦੇ ਆ ਕਿ ਤੁਸੀਂ ਕਾਲ ਕਰ ਸਕਦੇ ਹੋ ਜਦੋਂ ਵਿੱਚ ਵਿੱਚ ਜਦ ਕਰ ਸਕਦੇ ਹੋ ਸੰਡੇ ਦਿਨ ਵੀ ਭਾਈ ਅਵੇਲੇਬਲ ਹੁੰਦੇ ਆ ਸ਼ਾਪ ਤੇ ਹਾਂਜੀ ਸੰਡੇ 10 ਤੋਂ 4 ਆਪਾਂ ਅਵੇਲੇਬਲ ਹੁੰਦੇ ਆ ਬਾਕੀ ਵਰਕਿੰਗ ਆਵਰ ਗੱਲ ਕਰਾਂ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ 11 ਵਜੇ ਲੇਕਿਨ ਭਾਈ ਸੁਣਦੇ ਨੇ 9 ਵਜੇ ਤੱਕ ਪਰ ਤੁਸੀਂ ਲਾਸਟ 9:30 ਵਜੇ ਤੱਕ ਭਾਈ ਨੂੰ ਕਾਲ ਕਰਕੇ ਆ ਸਕਦੇ ਹੋ ਗੱਡੀ ਲੱਗੀ ਹੋਵੇ ਤਾਂ 10 ਵਜੇ ਵਜੇ 11 ਵਜੇ ਵਜੇ ਬਿਲਕੁਲ ਉਸ ਤੋਂ ਉੱਤੇ ਟਾਈਮ ਵੀ ਜਾ ਸਕਦਾ ਹੈ ਤੇ ਬਾਕੀ ਚੱਲਦੇ ਆ ਗੱਡੀ ਵੱਲ ਨੂੰ ਗੱਡੀ ਦਾ ਰੂਟੀਨ ਦਿਖਾਉਂਦੇ ਆਗੇ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਛੋਟੀ ਨੌਲੇਜ ਲੈ ਲੈਂਦੇ ਭਾਈ ਆਈਡੀਆ ਆਪਾਂ ਇੱਕ ਐਪਰੋਕਸ ਲਈਏ ਕਿ ਕਿੰਨੇ ਤੋਂ ਪੈਸੇ ਤੋਂ ਲੋਇਬਲ ਸਟਾਰਟ ਹੁੰਦਾ ਹੈ ਕਿੰਨੇ ਦਾ ਖਤਮ ਹੁੰਦਾ ਭਾਈ ਇਹ 22 ਇੰਚ 70,000 ਤੋਂ ਸਟਾਰਟ ਹੋ ਜਾਂਦਾ 70,000 ਤੋਂ ਹਾਂਜੀ ਬਿਲਕੁਲ 70,000 ਤੋਂ ਸਟਾਰਟ ਹੋ ਜਾਂਦਾ ਸੈਟ ਆਫ 4 ਸੈਟ ਆਫ 4 ਹਾਂ ਤੇ ਕਸਟਮਰ ਤੇ ਇਹ ਵੀ ਡਿਜ਼ਾਈਨ ਤੇ ਉੱਤੇ ਤੁਹਾਨੂੰ ਮੈਂ ਲਾਸਟ ਵੀਡੀਓ ਵਿੱਚ ਦੱਸਿਆ ਸੀ ਅਜੇ ਤਾਂ ਇਹ ਡਿਜ਼ਾਈਨ ਦੇ ਉੱਤੇ ਇਹਦਾ ਰੇਟ ਡਿਪੈਂਡ ਕਰਦਾ ਠੀਕ ਹੈ ਮਤਲਬ ਕਿਹੜਾ ਕਿਹੜੀ ਕੰਪਨੀ ਦਾ ਹੈ ਕੀ ਚੀਜ਼ ਚੱਲ ਰਿਹਾ ਲਾਈਕ ਜਿਵੇਂ ਹਾਰਡ ਕ੍ਰੋਮ ਹੈ ਵੈਕਿਊਮ ਕ੍ਰੋਮ ਵੀ ਹੈਗਾ ਆਪਣੇ ਕੋਲ ਅਵੇਲੇਬਲ ਹੈ ਇਹਨਾਂ ਦੇ ਮਤਲਬ ਡਿਜ਼ਾਈਨ ਫਿਨਿਸ਼ ਹਰ ਚੀਜ਼ ਦੇ ਉੱਤੇ ਡਿਪੈਂਡ ਕਰਦਾ ਹੈ ਠੀਕ ਹੈ ਐਸੀ ਮੈਂ ਤੁਹਾਨੂੰ ਇਸ ਲਈ ਕਿ ਸਪੈਸ਼ਲ ਪੁੱਛਵਾਈ ਕਿਉਂਕਿ ਬਹੁਤ ਲੋਕ ਕਹਿੰਦੇ ਪ੍ਰਾਈਸਿੰਗ ਕੀ ਹੈ ਪ੍ਰਾਈਸਿੰਗ ਕੀ ਹੈ ਭਾਈ ਤੁਸੀਂ ਕਾਲ ਕਰਕੇ ਪੁੱਛ ਲਓ ਭਾਈ ਨੂੰ ਕਿਉਂਕਿ ਸਾਰੇ ਜਾਨਾਂ ਨੂੰ ਨੰਬਰ ਥੱਲੇ ਫਲੈਸ਼ ਹੁੰਦਾ ਦਿਖ ਰਿਹਾ ਡਿਸਕ੍ਰਿਪਸ਼ਨ ਤੇ ਫਲੈਸ਼ ਹੁੰਦਾ ਪਿਆ ਨੰਬਰ ਉਸ ਤੋਂ ਇਲਾਵਾ ਡਿਸਕ੍ਰਿਪਸ਼ਨ ਤੇ ਇਹਨਾਂ ਦੀ ਇੰਸਟਾਗ੍ਰam ਆਈਡੀ ਦਾ ਲਿੰਕ ਵੀ ਪਿਆ ਪਲੀਜ਼ ਜਾ ਕੇ ਤੁਸੀਂ ਯਾਰ ਉੱਥੇ ਜਾ ਕੇ ਫੋਲੋ ਕਰੋ ਭਾਈ ਨੂੰ ਮੈਸੇਜ ਕਰੋ ਪਰੇਸ਼ਾਨ ਕਰ ਦੋ ਕੋਈ ਇਸ਼ੂ ਨਹੀਂ ਹੈ ਸਹੀ ਗੱਲ ਹੈ ਨਹੀਂ ਬਿਲਕੁਲ ਜੀ ਬਿਲਕੁਲ ਕੋਈ ਇਸ਼ੂ ਨਹੀਂਗਾ ਤੇ ਚੱਲਦੇ ਆ ਗੱਡੀ ਵੱਲ ਨੂੰ ਉਸ ਤੋਂ ਪਹਿਲਾਂ ਇੱਕ ਚੀਜ਼ ਹੋਰ ਜ਼ਰੂਰ ਬੋਲਾਂਗਾ ਪਲੀਜ਼ ਯਾਰ ਚੈਨਲ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਕਰਕੇ ਜ਼ਰੂਰ ਜਾਇਆ ਕਰੋ ਦੱਸਿਆ ਕਰੋ ਕਿਹੜਾ ਪਾਰਟ ਤੁਹਾਨੂੰ ਅੱਛ
ਤੇ ਗੱਡੀ ਜਿਹੜੀ ਫਿਟਿੰਗ ਕੀਤੀ ਗਈ ਆ 22 ਇੰਚ ਦੇ ਅਲੋਏ ਵੀਲਸ ਜਿਹਨੂੰ ਆਪਾਂ ਸਟਾਰ ਅਲੋਏ ਵੀਲ ਵੀ ਕਹਿ ਸਕਦੇ ਆ ਪੱਟੀ ਵਾਲਾ ਅਲੋਏ ਵੀ ਕਹਿ ਸਕਦੇ ਆ ਹੋਰ ਭਾਜੀ 5 spokes ਕਹਿ ਸਕਦੇ ਆ ਕਿਉਂਕਿ ਭਾਈ ਨੂੰ ਇਸ ਚੀਜ਼ ਦੀ ਨੌਲੇਜ ਜ਼ਿਆਦਾ ਹੈ ਤੇ ਭਾਈ ਹੁਣ ਉਸ ਦੇ ਪੂਰੀ ਨੌਲੇਜ ਤੁਹਾਨੂੰ ਦੇਣਗੇ ਕਿੰਨਾ ਇੰਚ ਦਾ ਆਪਾਂ ਫਿਟ ਕੀਤਾ ਵਿਦਆਊਟ ਸਪੇਸਰਸ ਫਿਟ ਹੁੰਦਾ ਇਹ ਐਵਲੀ ਥਾਰ ਦੇ ਵਿੱਚ ਹੈਨਾ ਹਾਂਜੀ ਬਿਲਕੁਲ ਭਾਜੀ ਇਹ ਵਿਦਆਊਟ ਸਪੇਸਰ ਹੈ ਟੋਟਲੀ ਇਹਦੇ ਵਿੱਚ ਆਪਾਂ ਨੂੰ ਨਵੀਂ ਜਿਹੜੀ ਥਾਰ ਹੈ 2020 ਇਹਦੇ ਵਿੱਚ ਆਪਾਂ ਨੂੰ ਆਪਸ਼ਨਸ ਵੀ ਕਾਫੀ ਮਿਲ ਜਾਂਦੀਆਂ ਫਿਟ ਕਰਨ ਵਾਸਤੇ ਤੇ ਇਹ ਤੁਹਾਨੂੰ ਦਿਖਾਉਣਾ ਮੈਂ ਜੀ ਆਹ ਦੇਖੋ ਇਹ 22 ਇੰਚ ਦਾ ਅਸੀਂ ਅਲੋਏ ਵੀਲ ਫਿਟ ਕੀਤਾ ਜੀ ਇਹ ਬਲੈਕ ਮਸ਼ੀਨਡ ਫਿਨਿਸ਼ ਹੈ ਇਹਦੇ ਪਿੱਛੇ ਅਸੀਂ ਗ੍ਰੀਨ ਕਲਰ ਦਾ ਪੇਂਟ ਯੂਜ਼ ਕੀਤਾ ਇਹ ਸਿੰਥੈਟਿਕ ਪੇਂਟ ਹੈ ਇਹਦੇ ਨਾਲ ਕੀ ਹੈ ਥੋੜ੍ਹੀ ਅਟਰੈਕਸ਼ਨ ਹੋਰ ਵੱਧ ਜਾਂਦੀ ਹੈ ਜੀ ਅਲੋਏ ਦੀ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਸਾਰਾ ਪ੍ਰੋਪਰਲੀ ਇਹਨੂੰ 22 ਇੰਚਸ ਫਿਟ ਕਰਕੇ ਪ੍ਰੋਪਰ ਕਟਿੰਗ ਕਰਕੇ ਖੜਾ ਕੀਤਾ ਹੋਇਆ ਇੱਥੇ ਕਾਰ ਨੂੰ ਇਹਦੇ ਨਾਲ ਕੀ ਹੈ ਕੋਈ ਟੱਚਿੰਗ ਵਗੈਰਾ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਜੀ ਤੇ ਭਾਈ ਇੱਕ ਚੀਜ਼ ਹੋਰ ਆਪਾਂ ਪੁੱਛਾਂਗੇ ਇਹ ਵਿਦਆਊਟ ਸਪੇਸਰ ਫਿਟ ਹੋਇਆ ਉਹਦਾ ਆਪਾਂ ਪ੍ਰੂਫ ਕਿੱਦਾਂ ਦੇ ਸਕਦੇ ਹਾਂ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਆ ਕੇ ਇਹ ਪ੍ਰੋਪਰ 5 ਨਟ ਅਲੋਏ ਆ ਤੇ ਇਹਦੇ ਵਿੱਚ ਕੋਈ ਵੀ ਸਪੇਸਰ ਨਹੀਂ ਯੂਜ਼ ਕੀਤਾ ਹੋਇਆ ਕਿਸੇ ਤਰ੍ਹਾਂ ਦਾ ਵੀ ਇਹ ਪ੍ਰੋਪਰ ਇਹਦੀ ਹੱਬ ਟੂ ਹੱਬ ਮੈਚ ਹੈ ਜੀ ਤੇ ਟਾਇਰ ਦਾ ਸਾਈਜ਼ ਆਪਾਂ ਇਹਦੇ ਲਈ ਕੀ ਪ੍ਰੈਫਰ ਕੀਤਾ ਇਹਦਾ ਟਾਇਰ ਦਾ ਸਾਈਜ਼ ਹੈਗਾ ਜੀ 305 40 22 ਤੇ ਇਹਦੇ ਵਿੱਚ ਆਪਣੇ ਕੋਲ 4-5 ਆਪਸ਼ਨਸ ਹੋਰ ਵੀ ਸੀਗੀਆਂ ਬਟ ਦਾ ਪਰਫੈਕਟ ਸਾਈਜ਼ ਫਾਰ ਦਿਸ ਨਿਊ ਥਾਰ ਇਜ਼ 305 40 22 ਤੁਸੀਂ ਦੇਖ ਸਕਦੇ ਹੋ ਅੱਛਾ ਆਪਾਂ ਇਹਦੇ ਵੀ 40 ਪ੍ਰੋਫਾਈਲ ਕੀਤੀ ਅਗਰ ਆਪਾਂ 45 ਕਰਨੀ ਹੋਵੇ ਤੇ ਉਹਦੇ ਨਾਲ ਕੀ ਹੈ ਜੀ ਥੋੜੀ ਮਤਲਬ ਲਾਈਕ ਕਸਟਮਰ ਦੀ ਚੁਆਇਸ ਹੀ ਥੋੜਾ ਲੋ ਪ੍ਰੋਫਾਈਲ ਵੀ ਚਾਹੀਦਾ ਮਤਲਬ ਅੜਦਾ ਉਹ ਵੀ ਨਹੀਂ ਹਾਂ ਨਹੀਂ ਅੜਦਾ ਉਹ ਵੀ ਨਹੀਂਗਾ ਜੀ ਇਹਦੇ ਨਾਲ ਕੀ ਹੈ ਅਸੀਂ ਕਸਟਮਰ ਦੀ ਚੁਆਇਸ ਦੇ ਹਿਸਾਬ ਨਾਲ 40 ਪ੍ਰੋਫਾਈਲ ਫਿੱਟ ਕੀਤੀ ਹੈ ਕਸਟਮਰ ਚਾਹੁੰਦਾ ਸੀਗਾ ਥੋੜਾ ਅਲੋਏ ਵੀ ਬ੍ਰੌਡ ਲੱਗੇ ਪਾਇਆ ਠੀਕ ਹੈ 40 ਪ੍ਰੋਫਾਈਲ ਦੇ ਨਾਲ ਬੈਸਟ ਫਿਟਮੈਂਟ ਆ ਰਹੀ ਸੀ ਤੇ ਦੇਖ ਸਕਦੇ ਹੋ ਗੱਡੀ ਦੀ ਲੁੱਕ ਕਿੰਨੀ ਜ਼ਿਆਦਾ ਪਿਆਰੀ ਆ ਰਹੀ ਹੈ ਕੋਈ ਗੱਡੀ ਲਿਫਟ ਕਰਨ ਦੀ ਲੋੜ ਨਹੀਂ ਪੈਂਦੀ 22 ਇੰਚਸ ਦੇ ਵਿੱਚ ਵੀ ਹੈਨਾ ਤੇ 24 ਇੰਚਸ ਦੇ ਵਿੱਚ ਲੋੜ ਪੈਂਦੀ ਆ 24 ਇੰਚਸ ਨੈਕਸਟ ਤੁਹਾਨੂੰ ਵੀਡੀਓ ਦੇ ਵਿੱਚ ਜ਼ਰੂਰ ਦਿਖਾਵਾਂਗੇ ਅਸੀਂ ਵਧੀਆ ਕਲੈਕਸ਼ਨ ਦਿਖਾਵਾਂਗੇ 24 ਇੰਚਸ ਦੇ ਵਿੱਚ ਵੀ ਕੋਈ ਜ਼ਰੂਰਤ ਨਹੀਂ ਪਏਗੀ ਅਪ ਲਿਫਟ ਵਗੈਰਾ ਕਰਨ ਦੀ ਤੇ ਨਾ ਹੀ ਕਿਸੇ ਸਪੇਸਰ ਦੀ ਲੋੜ ਪਏਗੀ ਤੇ ਗੱਡੀ ਆਰਾਮ ਨਾਲ ਨਾਰਮਲ ਰੂਟ ਤੇ ਜਾ ਸਕਦੀ ਹੈ ਜਿੱਦਾਂ ਆਪਾਂ ਕਹੀਏ ਪਹਾੜੀ ਪਹਾੜਾ ਪੁੜਾ ਤੇ ਘੁੰਮਣ ਜਾਣਾ ਹੈ ਪਰਫੈਕਟ ਪਰਫੈਕਟ ਜਿੱਥੇ ਮਰਜ਼ੀ ਤੁਸੀਂ ਲੈ ਕੇ ਜਾ ਸਕਦੇ ਹੋ ਇਹਨੂੰ ਕੋਈ ਆਪਾਂ ਨੂੰ ਇਸ਼ੂ ਵਾਲੀ ਨਹੀਂ ਆਏਗਾ ਇਹਦੇ ਵਿੱਚ ਕੀ ਹੈ ਕੰਪਨੀ ਨੇ ਸਪੇਸ ਬਹੁਤ ਦਿੱਤੀ ਹੋਈ ਹੈ ਠੀਕ ਹੈ ਚਾਹੇ ਆਪਾਂ 24 ਇੰਚਸ ਵੀ ਇਹਦੇ ਵਿੱਚ ਇੰਸਟਾਲ ਕਰ ਦਈਏ ਈਜ਼ੀਲੀ ਫਿੱਟ ਹੋ ਜਾਂਦਾ ਤੇ ਇੱਕ ਚੀਜ਼ ਆਪਾਂ ਹੋਰ ਭਾਈ ਪੁੱਛਾਂਗੇ ਆਪਾਂ ਇਹਦੇ ਵਿੱਚ 4 ਲਾ ਦਿੱਤੇ 5 5 ਪੰਜਵਾਂ ਦਿਖਾਈਏ ਹਾਂ ਇਹ ਸੈਟ ਆਫ 5 ਹੈ ਜੀ ਆਓ ਜੀ ਦਿਖਾਵਾਂਗਾ ਤੇ ਦੇਖਦੇ ਆ ਗੱਡੀ ਦੇ ਉੱਤੇ ਬਾਕੀ ਗੱਡੀ ਦੀ ਲੁੱਕ ਬਲੈਕ ਥਾ ਬਿਲਕੁਲ ਬ੍ਰੈਂਡ ਨਿਊ ਆਈ ਹੈ ਬਿਲਕੁਲ ਬ੍ਰੈਂਡ ਨਿਊ ਗਾਇਸ ਹੁਣ ਤੱਕ ਇਹਨਾਂ ਤੱਕ ਕਿ ਇਨਫ ਮੈਟ ਤੱਕ ਕਿ ਇਸ 'ਚ ਹੋਰ ਕੁਝ ਵੀ ਨਹੀਂ ਹਾਲੇ ਤੱਕ ਪਿਆ ਦੇਖ ਸਕਦੇ ਹੋ ਬਿਲਕੁਲ ਬ੍ਰੈਂਡ ਨਿਊ ਥਾਰ ਸੀ ਹਾਂਜੀ ਬਿਲਕੁਲ ਜੀ ਇਹ ਬ੍ਰੈਂਡ ਨਿਊ ਹੈ ਥਾਰ ਇਹ ਫਿਫਥ ਕਲਾ ਅਲੋਏ ਟੰਗੇ ਹੈ ਜੀ ਠੀਕ ਹੈ ਜਿਹਦੇ ਨਾਲ ਥੋੜੀ ਅਟਰੈਕਸ਼ਨ ਬੈਕ ਤੋਂ ਹੋਰ ਜ਼ਿਆਦਾ ਵਧੀਆ ਹੋ ਰਹੀ ਹੈ ਕਾਰ ਦੀ ਅੱਛਾ ਅਗਰ ਇੱਥੇ ਆਪਾਂ ਨੂੰ ਟਾਇਰ ਚਾਹੀਦਾ ਆਪਾਂ ਟਾਇਰ ਦੇ ਸਕਦੇ ਹਾਂ ਟਾਇਰ ਚਾਹੀਦਾ ਟਾਇਰ ਆਪਣੀ ਚੁਆਇਸ ਹੈ ਜੀ ਆਪਾਂ ਪਾ ਸਕਦੇ ਹਾਂ ਬਟ ਕਸਟਮਰ ਵਾਂਟਸ ਕਿ ਇਹਦੇ ਵਿੱਚ ਕੱਲਾ ਅਲੋਏ ਫਿੱਟ ਕੀਤਾ ਜਾਵੇ ਤੇ ਉਹ ਥੋੜਾ ਜਿਹਾ ਵਧੀਆ ਲੱਗ ਰਿਹਾ ਜੀ ਇਹਦੇ ਵਿੱਚ ਫਿੱਟ ਕੀਤਾ ਤੁਸੀਂ ਦਿਖਾ ਸਕਦੇ ਹੋ ਠੀਕ ਹੈ ਤੇ ਇਹ ਦੇਖ ਸਕਦੇ ਹੋ ਤੁਸੀਂ ਲੁੱਕ ਜਾ ਬਹੁਤ ਜ਼ਿਆਦਾ ਹੀ ਪਿਆਰੀ ਆ ਰਹੀ ਹੈ ਤੇ ਇਹਦੇ ਵਿੱਚ ਕਸਟਮਰ ਦੀ ਚੁਆਇਸ ਹੈ ਕਿ ਉਹਨੇ ਟਾਇਰ ਫਿੱਟ ਕਰਾਉਣਾ ਹੈ ਕਿ ਨਹੀਂ ਕਰਾਉਣਾ ਸਹੀ ਗੱਲ ਬਿਲਕੁਲ ਜੀ ਬਿਲਕੁਲ ਇਹ ਡਿਪੈਂਡਸ ਔਨ ਕਸਟਮਰ ਕਿ ਉਹ ਟਾਇਰ ਜੇ ਕਹਿਣਗੇ ਲਾਉਣਾ ਚਾਹੁੰਦੇ ਆ ਤੇ ਆਪਾਂ ਲਾ ਦੇਵਾਂਗੇ ਨਹੀਂ ਤੇ ਵੈਸੇ ਉਦਾਂ ਵੀ ਬਹੁਤ ਪਿਆਰੀ ਲੁੱਕ ਆ ਰਹੀ ਅਟਰੈਕਟਿਵ ਇੰਨੀ ਅੱਛੀ ਲੁੱਕ ਆ ਰਹੀ ਆ ਮਜ਼ਾ ਆ ਗਿਆ ਜਾਂ ਤਾਂ ਲੋਕੀ ਇਹ ਕ੍ਰੋਮ ਲਗਵਾਉਂਦੇ ਨੇ ਲੇਕਿਨ ਇਹ ਬਲੈਕ ਥਾਰ ਦੇ ਨਾਲ ਬਲੈਕ ਲੱਗਦੇ ਆ ਤਾਂ ਕਵਰਸ ਲਾਈਟ ਕਵਰਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਬਹੁਤ ਜ਼ਿਆਦਾ ਅਟਰੈਕਟ ਹੋਰ ਲੁੱਕ ਮਿਲਦੀ ਆ ਤੇ ਭਾਜੀ ਚਲਾਨ ਦੇ ਵਿੱਚ ਵੀ ਗੱਡੀ ਬਹੁਤ ਜ਼ਿਆਦਾ ਵਧੀਆ ਸਮੂਥ ਚੱਲ ਰਹੀ ਆ ਆਪਾਂ ਦੇਖਿਆ ਹੀ ਹੈ ਜੀ ਕੰਫਰਟ ਇਹਦਾ ਕੰਫਰਟ ਲੈਵਲ ਬਿਲਕੁਲ ਵੀ ਨਹੀਂ ਘਟਿਆ ਡਿਊਰੇਬਿਲਟੀ ਉਦਾਂ ਦੀ ਉਦਾਂ ਹੀ ਹੈ ਚਾਹੇ ਆਪਾਂ ਇਹਨੂੰ ਥੋੜਾ ਜਿਹਾ ਬ੍ਰੇਕਰ ਤੋਂ ਵੀ ਲੰਘਾ ਕੇ ਦਿਖਾਇਆ ਤੁਹਾਨੂੰ ਮੈਂ ਕਿਤੇ ਕੋਈ ਟੱਚਿੰਗ ਨਹੀਂ ਆ ਕਿਤੇ ਕੋਈ ਕਟਿੰਗ ਵੇਲੇ ਟੱਚਿੰਗ ਨਹੀਂ ਆ ਕੁਝ ਨਹੀਂ ਆ ਪ੍ਰੋਪਰ ਫਿਟਿੰਗ ਹੈ ਜੀ ਤੇ ਇਹ ਗੱਲ ਸੱਚੀ ਹੈ ਬਿਲਕੁਲ ਮੈਂ ਗੱਡੀ ਦੇ ਵਿੱਚ ਬਹਿ ਕੇ ਇੱਥੇ ਤੱਕ ਆਇਆ ਤੇ ਬਿਲਕੁਲ A ਟੂ Z ਗੱਡੀ ਮੂਵ ਹੈ ਇੱਕ ਵਾਰ ਮੈਂ ਗੱਡੀ ਨੂੰ ਤੁਹਾਨੂੰ ਪਿੱਛੇ ਹੋ ਕੇ ਪੂਰਾ ਇੱਕ ਵਾਰੀ ਲੁੱਕ ਦਿਖਾ ਦਿੰਦਾ ਇਸ ਅਲੋਏ ਵੀਲ ਨਾਲ ਔਰ ਗ੍ਰੀਨ ਕਲਰ ਦੇ ਹੱਬ ਪੇਂਟ ਕਰਨਾ ਕੀ ਲੁੱਕ ਆ ਰਹੀ ਹੈ ਗੱਡੀ ਦੀ 24 ਇੰਚ ਵੀ ਮੈਂ ਕਵਾਂ ਰਿਹਾ ਸੌਰੀ 22 ਇੰਚ ਦੀ ਗੱਡੀ ਉੱਤੇ ਨਾ ਲੱਗਣ ਤੋਂ ਬਾਅਦ ਛੋਟਾ ਲੱਗਦਾ ਮੈਂ ਮੈਨੂੰ ਤੇ ਪਲੀਜ਼ ਯਾਰ ਤੁਸੀਂ ਸਾਰੇ ਕਮੈਂਟ ਕਰਿਓ ਲੇਕਿਨ ਭਾਈ ਮੇਰੇ ਅਕੋਰਡਿੰਗ ਇਹ 26 ਵੀ ਬੜੇ ਪਿਆਰ ਨਾਲ ਪੈ ਜਾਊਗਾ ਹਾਂਜੀ ਭਾਜੀ ਥੋੜਾ ਜਿਹਾ ਕਰਨਾ ਪਏਗਾ 26 ਦੇ ਨਾਲ ਮਾੜੀ ਮੋਟੀ ਐਡਜਸਟਮੈਂਟ ਬਾਕੀ ਈਜ਼ੀਲੀ ਫਿੱਟ ਹੋ ਜਾਏਗਾ ਜੀ ਆਪਾਂ 20 ਦਿਖਾ ਚੁੱਕੇ ਹਾਂ ਦਿੱਤੀ ਹੋਈ ਹੈ ਜੀ ਕੰਪਨੀ ਨੇ ਆਪਾਂ 20 ਦਿਖਾ ਚੁੱਕੇ ਇਹਦੇ ਵਿੱਚ ਪਲੱਸ ਪੁਆਇੰਟ ਹੈ ਆਪਣੇ ਵਾਸਤੇ ਇਹ ਜਿਹੜਾ ਸਪੇਸ ਦੀ ਦਿੱਤੀ ਹੈ ਨਾ ਹਾਂਜੀ ਤੇ ਹੁਣ ਇੱਕ ਗੱਲ ਦੱਸੋ ਆਪਾਂ 20 ਦਿਖਾ ਚੁੱਕੇ ਹਾਂਜੀ 22 ਦਿਖਾ ਚੁੱਕੇ ਬਿਲਕੁਲ ਜੀ ਨੈਕਸਟ ਕਿਹੜੇ ਆ 24 ਠੀਕ ਹੈ ਉਸ ਤੋਂ ਬਾਅਦ 26 ਵੱਲ ਜਾਵਾਂਗੇ ਤੇ ਇਸੇ ਤਰ੍ਹਾਂ ਪਿਆਰ ਦਿੰਦੇ ਰਹੋਗੇ ਹਰ ਚੀਜ਼ ਤੁਹਾਡੇ ਸਾਰੇ ਦੇ ਅੱਗੇ ਸ਼ੇਅਰ ਕਰਦੇ ਰਵਾਂਗੇ ਬਹੁਤ ਸੋਹਣੀ ਜਿਆਦਾ ਬਹੁਤ ਸੋਹਣੀ ਗੱਡੀ ਤਿਆਰ ਹੋਈ ਆ ਮਜ਼ਾ ਆ ਗਿਆ ਇਹ ਚੀਜ਼ ਵੇਖ ਕੇ ਤੇ ਬਾਕੀ ਭਾਜੀ ਅਪਰੋਕਸ ਸਾਡਾ ਇਹ ਗੱਡੀ ਦੇ ਉੱਤੇ ਕੀ ਖਰਚਾ ਪੈਂਦਾ ਭਾਜੀ ਅਪਰੋਕਸ ਆਈਡੀਆ ਲਈਏ ਤੇ 1,25,000 ਦੇ ਕਰੀਬ ਕਰੀਬ ਹੋ ਜਾਂਦਾ ਐਂਡ ਆਫਟਰ ਦੈਟ ਇਹਦਾ ਜਿਹੜਾ ਓਰੀਜਨਲਸ ਲੱਗੇ
ਕਸਟਮਰ ਦੀ ਡਿਮਾਂਡ ਦੇ ਹਿਸਾਬ ਨਾਲ ਸਾਡੇ ਕੋਲ ਇੰਸਟਾਲ ਕਰਾ ਲੈਂਦੇ ਤੇ ਅਗਰ ਤੁਹਾਨੂੰ ਅਗਰ ਉਹ ਇਹਦੇ ਓਰੀਜਨਲ ਵਾ ਕਿਸੇ ਨੂੰ ਅਲੋਏ ਜਾਂ ਟਾਇਰ ਚਾਹੀਦੇ ਨੇ ਤੇ ਭਾਈ ਨੂੰ ਕੰਟੈਕਟ ਕਰ ਸਕਦੇ ਹੋ ਨੰਬਰ ਤੁਹਾਨੂੰ ਫਲੈਸ਼ ਹੁੰਦਾ ਦਿਖ ਰਿਹਾ ਤੇ ਬਾਕੀ ਤੁਹਾਡੇ ਉੱਤੇ ਕਿੱਦਾਂ ਦੀ ਗੱਡੀ ਲੱਗੀ ਬਾਕੀ ਇੱਕ ਚੀਜ਼ ਹੋਰ ਦੱਸ ਦਵਾਂ ਕਿ ਤੁਸੀਂ ਐ ਨਾ ਸੋਚਿਓ 1,25,000 ਇਹ ਗੱਡੀ ਦਾ ਲੱਗਿਆ ਅਗਰ ਤੁਸੀਂ ਗੱਡੀ ਬ੍ਰਾਂਡ ਨਿਊ ਲਿਆਉਂਦੇ ਹੋ ਤੇ ਤੁਹਾਨੂੰ ਵੀ ਕੰਡੀਸ਼ਨ ਅਰਾਊਂਡ ਇੰਨੇ ਦੇ ਅਰਾਊਂਡ ਪੈ ਸਕਦੀ ਹੈ ਅਗਰ ਤੁਸੀਂ ਗੱਡੀ ਲੈਂਦੇ ਹੋ ਪੁਰਾਣੀ ਫਿਰ ਨਹੀਂ ਅਰਾਊਂਡ ਪੈ ਸਕਦੀ ਹਾਂਜੀ ਜੋ ਚੀਜ਼ ਅਗਰ ਆਪਾਂ ਕਵਾਂਗੇ ਭਾਈ ਮੇਰੇ ਨਾਲ ਦੂਜੇ ਵੀ ਖੜੇ ਨੇ ਭਾਈ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਵਿਊਅਰਸ ਨੂੰ ਤੇ ਭਾਈ ਸਪੈਸ਼ਲ ਆਏ ਨੇ ਪਿੱਛੇ ਕਿ ਆਪਾਂ ਸ਼ੂਟ ਕਰ ਰਹੇ ਸੀ ਭਾਈ ਨੂੰ ਮੈਂ ਬੁਲਾਇਆ ਇੱਕ ਚੀਜ਼ ਨੂੰ ਕੰਫਰਮ ਕਰਨ ਲਈ ਭਾਈ ਇੱਕ ਚੀਜ਼ ਇਹ ਦੱਸੋ ਆਪਾਂ ਅਗਰ ਗੱਡੀ ਜ਼ਿਆਦਾ ਟਾਈਮ ਚਲਾਵਾਂਗੇ ਉਸ ਚੀਜ਼ 'ਚ ਕਿ ਸਾਈਡ ਟਾਇਰ ਦੀ ਵੀ ਹੁੰਦੀ ਹੈ ਰਿਮ 'ਚ ਵੀ ਸਕਰੈਚ ਆਉਂਦੇ ਦੂਜੇ ਅਤੇ ਉਹ ਰੇਟ 'ਚੋਂ ਲੈਸ ਨਹੀਂ ਹੁੰਦੇ ਕਰ ਲਈ ਦਾ ਕਸਟਮਰ ਕੰਪਰੋਮਾਈਜ਼ ਕਰ ਲਈ ਦਾ ਕੋਈ ਇਦਾਂ ਦੀ ਵੱਡੀ ਗੱਲ ਨਹੀਂ ਠੀਕ ਹੈ ਬਟ ਚਲੋ ਐਨੀ ਹਾਓ ਜ਼ਿਆਦਾਤਰ ਮੋਸਟਲੀ ਕਸਟਮਰ ਨਵੀਆਂ ਗੱਡੀਆਂ ਲਿਆਉਂਦੇ ਨੇ ਜਿਹੜਾ ਕੋਈ ਥੋੜ੍ਹਾ ਬਹੁਤ ਚਲਾ ਕੇ ਵੀ ਲਿਆਉਂਦਾ ਫਿਰ ਵੀ ਥੋੜ੍ਹਾ ਬਹੁਤ ਕੰਪਰੋਮਾਈਜ਼ ਕਰਕੇ ਅਸੀਂ ਉਹਨੂੰ ਦੇਈਦਾ ਕਸਟਮਰ ਨੂੰ ਖੁਸ਼ ਕਰਕੇ ਭੇਜੀਦਾ ਕੋਈ ਇਦਾਂ ਦੀ ਗੱਲ ਨਹੀਂ ਤੇ ਮੇਨ ਚੀਜ਼ ਹੁਣ ਆਪਾਂ ਪੁੱਛਾਂਗੇ ਭਾਜੀ ਕਿੱਦਾਂ ਦੀ ਲੁੱਕ ਤੁਹਾਨੂੰ ਲੱਗੀ ਗੱਡੀ ਦੀ ਲੁੱਕ ਤਾਂ ਏ ਕਲਾਸ ਹੈ ਜੀ ਮਜ਼ਾ ਆ ਗਿਆ ਨਾ ਹਾਂ ਬਾਕੀ ਸਾਡਾ ਕਸਟਮਰ ਸਾਡੇ ਤੋਂ ਸੈਟੀਸਫਾਈਡ ਹੈ ਸਾਰਿਆਂ ਨਾਲੋਂ ਮੇਨ ਗੱਲ ਇਹੀ ਹੈ ਤੇ ਕਸਟਮਰ ਨੂੰ ਸੈਟੀਸਫੈਕਸ਼ਨ ਕਰਾਉਣਾ ਬਹੁਤ ਵੱਡੀ ਗੱਲ ਹੈ ਤੇ ਐਚ ਸਾਡਾ ਸੈਟੀਸਫਾਈਡ ਹੈ ਤੇ ਆਪਾਂ ਕਸਟਮਰ ਨਾਲ ਤੁਹਾਨੂੰ ਮਿਲਾਉਂਦੇ ਆ ਹੁਣ ਸ਼ੋਰੂਮ ਜਾ ਕੇ ਚਲਾਓ ਚਲਿਏ ਹਾਂਜੀ ਫਿਰ ਹੁਣ ਆਪਾਂ ਆ ਗਏ ਆ ਵਾਪਸ ਸ਼ੋਰੂਮ ਤੇ ਭਾਈ ਹੋਣਾ ਜਿਹਨਾਂ ਦੀ ਗੱਡੀ ਉਹਨਾਂ ਮਿਲਾਉਂਦੇ ਆ ਪਹਿਲੇ ਭਾਈ ਹਾਂਜੀ ਬਿਲਕੁਲ ਜੀ ਆ ਖੜੇ ਆ ਭਾਜੀ ਆਪਣੇ ਭਾਈ ਕੀ ਹਾਲ ਚਾਲ ਬਹੁਤ ਵਧੀਆ ਮੇਰੇ ਭਾਈ ਕੀ ਹਾਲ ਚਾਲ ਭਾਈ ਕੀ ਨਾਮ ਆਪਣਾ ਭਾਈ ਸੰਨੀ ਹੈ ਸੰਨੀ ਹਾਂ ਤੇ ਭਾਈ ਤੁਹਾਡਾ ਸ਼ਾਹਜੀ ਪ੍ਰੀਤ ਤੇ ਵੀਰੇ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਗੁਰਦਾਸਪੁਰ ਤੋਂ ਤੋਂ ਤੇ ਭਾਈ ਉਹਦਾ ਕੰਮ ਕਿੱਦਾਂ ਲੱਗਾ ਬਹੁਤ ਵਧੀਆ ਭਾਜੀ ਕੰਮ ਬਹੁਤ ਤਸੱਲੀ ਬਖਸ਼ ਹੋਇਆ ਕੰਮ ਬਹੁਤ ਵਧੀਆ ਲੱਗਾ ਬਹੁਤ ਵਧੀਆ ਜਿਹਨੂੰ ਕਹਿ ਲਓਗੇ ਇਹ ਵਨ ਕੰਮ ਹੋਇਆ ਹੋਇਆ ਤੇ ਆਪਾਂ ਕੰਪਰੋਮਾਈਜ਼ ਦੇ ਮਤਲਬ ਪਤਾ ਨਹੀਂ ਕਰਨਾ ਪਿਆ ਤੁਹਾਨੂੰ ਕਿ 20 ਇੰਚ ਜਾਂ 22 ਇੰਚ ਵੱਲ ਨਹੀਂ ਡਿਜ਼ਾਈਨ ਨੂੰ ਲੈ ਕੇ ਕੋਈ ਜ਼ਿਆਦਾ ਨਹੀਂ ਕੋਈ ਆਪਾਂ ਨੂੰ ਕੁਝ ਨਹੀਂ ਕਰਨਾ ਪਿਆ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਈ ਆਪਾਂ ਨੂੰ ਕੋਈ ਡਿਜ਼ਾਈਨ ਨਹੀਂ ਮਤਲਬ ਡਿਜ਼ਾਈਨ ਜਿਹੜਾ ਭਾਈ ਨੇ ਮਤਲਬ ਜਿਹੜਾ ਦਿਖਾਇਆ ਉਹੀ ਸਿਲੈਕਟ ਪਹਿਲਾਂ ਹੀ ਜਿਹੜਾ ਕੀਤਾ ਭਾਈ ਜਿਹੜਾ ਕੱਢ ਕੇ ਦਿਖਾਇਆ ਉਹੀ ਸਾਨੂੰ ਸਿਲੈਕਟ ਹੋ ਗਿਆ ਠੀਕ ਹੈ ਇਹ ਚੀਜ਼ ਮੈਂ ਇਸ ਕਰਕੇ ਸਪੈਸ਼ਲ ਪੁੱਛੀ ਕਿਉਂਕਿ ਤੁਹਾਨੂੰ ਸਾਨੂੰ ਪਤਾ ਲੱਗ ਪਾਵੇ ਭਾਈ ਦਾ ਕਿੱਦਾਂ ਦਾ ਭਾਈ ਦਾ ਕੰਮ ਹੈ ਭਾਈ ਕਸਟਮਰ ਦੇ ਅੱਗੇ ਚੋਇਸ ਪਹਿਲੇ ਕਸਟਮਰ ਦੀ ਫਿਰ ਆਪ ਦੱਸ ਦਿਓ ਕਿ ਹਾਂ ਤੁਹਾਡੀ ਗੱਡੀ ਨੂੰ ਕਿਹੜੀ ਚੀਜ਼ ਪ੍ਰੈਫਰ ਵਧੀਆ ਲੱਗੂਗੀ ਉਹ ਚੀਜ਼ ਹੀ ਕਰਦੇ ਜ਼ਿਆਦਾਤਰ ਤੇ ਭਾਈ 10 ਵਿੱਚੋਂ ਨੰਬਰ ਦੇਣਾ ਚਾਹੋਗੇ ਕੀ ਦੋਗੇ ਭਾਜੀ ਮੈਂ ਤਾਂ 11 ਹੀ ਦੋਗਾ ਤੇ ਇਦਾਂ ਹੀ ਮੈਂ ਕਹਿੰਦਾ ਹਰ ਵਾਰੀ ਕਹਿੰਦਾ ਕਿਉਂਕਿ ਮੇਰੇ ਭਰਾ ਦਾ ਨੇਚਰ ਉਦਾਂ ਦਾ ਹੀ ਹੈ ਦੋਨੋਂ ਭਰਾਵਾਂ ਦਾ ਤੇ ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇਗੀ ਉਸ ਤੋਂ ਪਹਿਲਾਂ ਹੁਣ ਭਾਈ ਆਪਣਾ ਐਡਰੈਸ ਤੇ ਫੋਨ ਨੰਬਰ ਦੁਬਾਰਾ ਰਿਪੀਟ ਕਰ ਦਿਓ ਸਾਡਾ ਐਡਰੈਸ ਹੈ ਜੀ ਨੀਅਰ ਕਮਲ ਪੈਲਸ ਹੋਟਲ ਇਨ ਫਰੰਟ ਆਫ ਗੁਰਦੁਆਰਾ ਸਾਹਿਬ ਜਲੰਧਰ ਜੀ ਤੇ ਸਾਡਾ ਫੋਨ ਨੰਬਰ ਹੈ 9814530046 9041464646 ਤੇ ਇਹ ਸੀਗਾ ਭਾਈ ਦਾ ਕੰਟੈਕਟ ਨੰਬਰ ਤੇ ਲੋਕੇਸ਼ਨ ਤੇ ਬਾਕੀ ਮਿਲਦੇ ਆ ਨੈਕਸਟ ਵੀਡੀਓ 'ਚ ਲੇਕਿਨ ਚੈਨਲ ਨੂੰ ਕਰਿਓ ਜ਼ਰੂਰ ਸਬਸਕ੍ਰਾਈਬ ਵੀਡੀਓ 'ਚ ਕਿਹੜਾ ਪਾਰਟ ਅੱਛਾ ਲੱਗਾ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਜਾਣਾ ਮਿਲਦੇ ਆ ਟਿਲ ਦੈਨ ਬਾਏ ਨੈਕਸਟ ਵੀਡੀਓ ਦੇ ਵਿੱਚ